हाँ जी सत श्रीकाल जी, तुसी देख रहे हो एक मुलाकात प्रोग्राम विच ते मैं हाँ गुरप्रीत सिंह। अज साडे नाल मौजूद आ डेमोक्रेटिक मल्टीपर्पज हैल्थ वर्कर यूनियन दे प्रधान। मेरे सज्जे पासे ने राजदीप सिंह जिला प्रधान ते मेरे खब्बे पासे ने प्रमोद गिल जिला जनरल सकत्तर। सत श्री अकाल सर, पहला ते तुहाडा दोनों दा बहुत बहुत स्वागत है। धन्यवाद जी। गुरप्रीत जी, बहुत बहुत धन्यवाद। तुसी साडी जथेबंदी नूं अपने चैनल दे विच थां दित्ती, अज सद्दा दित्ता। सो मैं बहुत ही धन्यवादी हाँ कि तुसी एक सच की आवाज़ चकते हो और सच की गल सुनते हो। धन्यवाद सर। तुहाडा भी बहुत बहुत साढ़े इस प्रोग्राम दे विच स्वागत है जी। पहला तो तुसी ये दसो जी, तुहाडी जिहड़ी ये यूनियन आ कदों होण विच आई ते कदों इहदा प्रोग्राम बनिया? पहला तो गुरप्रीत जी तुहाडा बहुत बहुत धन्यवाद जी इस मुलाकात लई। डेमोक्रेटिक मल्टीपर्पज हैल्थ वर्कर यूनियन ये काफ़ी देर तो ही एक्टिव सी, पर लेकिन हुण इहदी जरूरत पई जिहड़ी कुछ क जथेबंदियां ने जिहड़े काम का बायकट किया होया, जो गौरमेंट वालों साडे डिपार्टमेंट वालों एक मल्टीपर्पज केडर का जिहड़ा काम सी ऑनलाइन, उहदे वास्ते उन्हां ने बिल्कुल मना कर दिता गया जी। उहदे उस चीज़ नूं ही मुख समझते हुए अपने केडर नूं असीं उहदे खिलाफ आवाज़ बुलंद करते हुए इस जिहड़ी आ कि जिहड़ी आ यूनियन नूं जिहड़ा होण च लिआंदा गया वा ਵੀ ਜਿਹੜੇ ਸਾਡਾ ਕੇਡਰ ਦਾ ਜਿਹੜਾ ਕੰਮ ਆ ਉਹ ਸਹੀ ਤਰੀਕੇ ਨਾਲ ਹੋ ਸਕੇ ਜੀ। ਪ੍ਰਮੋਦ ਗਿੱਲ ਜੀ, IHIP ਜਿਹੜੀ ਰਿਪੋਰਟਿੰਗ ਚੱਲ ਰਹੀ ਹੈ, ਕੁਝ ਯੂਨੀਅਨ ਵੱਲੋਂ ਉਹਦਾ ਬਾਈਕਾਟ ਕੀਤਾ ਗਿਆ, ਪਰ ਫਿਰ ਵੀ ਤੁਸੀਂ ਕਰ ਰਹੇ, ਤੁਹਾਡੀ ਯੂਨੀਅਨ ਕਰ ਰਹੀ ਹੈ, ਕੀ ਗੱਲ? ਦੇਖੋ ਜੀ, ਅੱਜ ਤੱਕ ਜੋ ਸਾਡਾ ਕੈਡਰ ਸੀ ਮਲਟੀਪਰਪਜ਼ ਹੈਲਥ ਵਰਕਰ ਜੀ, ਉਹਦੇ ਵਿੱਚ ਆਪਾਂ ਸਰਕਾਰ ਵੱਲੋਂ ਡਿਪਾਰਟਮੈਂਟ ਵੱਲੋਂ ਸਾਨੂੰ ਜਦੋਂ ਵੀ ਕੋਈ ਕੰਮ ਦਿੱਤਾ ਗਿਆ ਉਹਦੇ ਵਿੱਚ, ਜਿੱਦਾਂ ਆਪਾਂ ਕਰੋਨਾ ਦੀ ਟੈਸਟਿੰਗ ਕੀਤੀ, ਕਰੋਨਾ ਦੇ ਪੇਸ਼ੈਂਟ ਦਾ ਇਲਾਜ ਕੀਤਾ, ਕਰੋਨਾ ਦੀ ਵੈਕਸੀਨੇਸ਼ਨ ਕੀਤੀ, ਇਸ ਤੋਂ ਅਦਰ ਹੋਰ ਬੜੇ ਸਾਰੇ ਕੰਮ, ਜਿੱਦਾਂ ਕੋਈ ਕੋਈ ਕਿਸੇ ਦੀ ਡੈਥ ਹੋ ਜਾਂਦੀ ਸੀ ਉਹਦੀ ਕ੍ਰਿਮਨੇਸ਼ਨ ਕੀਤੀ ਜਾਂਦੀ, ਉਹਦਾ ਦਾਹ ਸੰਸਕਾਰ ਸਾਡੇ ਵਰਕਰ ਸਾਥੀਆਂ ਵੱਲੋਂ ਕੀਤਾ ਗਿਆ, ਪਰ ਉਹਦਾ ਕਿਤੇ ਵੀ ਸਾਡੇ ਸਿਗਨੇਚਰ ਨਹੀਂ ਸੀ ਹੁੰਦੇ। ਹਾਇਰ ਅਥਾਰਟੀਆਂ ਕਰਦੀਆਂ ਸੀ ਜਾਂ ਹੋਰ ਕੈਡਰ ਕਰਦੇ ਸੀ, ਪਰ ਮਲਟੀਪਰਪਜ਼ ਹੈਲਥ ਵਰਕਰ ਦਾ ਕਿਤੇ ਵੀ ਮੇਲ ਦਾ ਨਾਂ ਨਹੀਂ ਸੀ ਉਹਦੇ ਵਿੱਚ। ਸੋ ਪਹਿਲੀ ਵਾਰੀ ਅੱਜ ਸਾਨੂੰ ਸਰਕਾਰ ਨੇ ਜਾਂ ਡਿਪਾਰਟਮੈਂਟ ਨੇ ਸਾਨੂੰ ਇਸ ਕਾਬਿਲ ਸਮਝਿਆ ਕਿ ਔਨਲਾਈਨ ਸਾਡੇ ਕੋਲ ਮੰਗਿਆ, ਸਾਨੂੰ ਸਾਡੀ ਰਿਪੋਰਟਿੰਗ ਜਿਹੜੀ ਹੁਣ ਆਉਣ ਵਾਲੇ ਸਮੇਂ 'ਚ ਔਨਲਾਈਨ ਹੋਣੀ, ਹੁਣ ਜਿਹੜਾ ਅਸੀਂ ਡੇਲੀ ਕੰਮ ਕਰਾਂਗੇ ਕੋਈ ਵੀ ਕੰਮ ਕਰਾਂਗੇ ਉਹ ਸਾਡਾ ਔਨਲਾਈਨ ਚੜ੍ਹਨਾ। ਸੋ ਪਹਿਲੀ ਵਾਰੀ ਸਾਡੇ ਲਈ ਇਹ ਬਹੁਤ ਮਾਣ ਦੀ ਗੱਲ ਸੀਗੀ ਕਿ ਸਾਡੇ ਕੈਡਰ ਦਾ ਕਿਤੇ ਨਾਂ ਜੋੜਨ ਜਾ ਰਿਹਾ, ਪਰ ਕੁਛ ਜਿਹੜੀਆਂ ਸੰਸਥਾਵਾਂ ਜਿਹੜੀਆਂ ਜਥੇਬੰਦੀਆਂ ਆ ਜਿਹੜੀਆਂ ਸਿਰਫ ਉਹ ਸਿਰਫ ਆਪਣਾ ਨਿੱਜੀ ਲਾਭ ਨੂੰ ਮੁੱਖ ਰੱਖਦੇ ਹੋਏ ਇਹਦਾ ਬਾਈਕਾਟ ਕਰਨ 'ਤੇ ਤੁਲੀਆਂ ਦੀਆਂ ਆ, ਇਸ ਕਰਕੇ ਅਸੀਂ ਇਸ ਜਿਹੜੀ ਸੀਗੀ IHPI ਦੀ ਰਿਪੋਰਟਿੰਗ ਸੀਗੀ ਉਹਦਾ ਸਮਰਥਨ ਕੀਤਾ ਵੀ ਅਸੀਂ ਹਾਲ ਦੀ ਘੜੀ ਨੂੰ ਕਰਾਂਗੇ, ਬਿਲਕੁਲ ਕਰਾਂਗੇ। ਮੇਰਾ ਅਗਲਾ ਸਵਾਲ ਪ੍ਰਧਾਨ ਜੀ, ਤੁਹਾਡੀ 2 ਦਿਨ ਪਹਿਲਾਂ ਜਿਹੜੀ ਸਿਵਲ ਸਰਜਨ ਨਾਲ ਮੀਟਿੰਗ ਵੀ ਹੋਈ ਸੀ, ਕੀ ਵਿਸ਼ਾ ਸੀ? ਸਾਡਾ ਮੀਟਿੰਗ ਦਾ ਵਿਸ਼ਾ ਇਹੀ ਸੀਗਾ, ਅਸੀਂ ਵਿਸਤਾਰ 'ਚ CSO ਨਾਲ ਗੱਲ ਕੀਤੀ ਵੀ ਜਿਹੜਾ ਇਹ ਔਨਲਾਈਨ ਦਾ ਕੰਮ ਆ IHIP ਪੋਰਟਲ 'ਤੇ ਜੀ, ਵਿਦਾਊਟ ਟੈਬਲੇਟ ਜਾਂ ਲੈਪਟੋਪ 'ਤੇ ਨਹੀਂ ਹੋ ਸਕਦਾ ਜੀ, ਪਰ ਫਿਰ ਵੀ ਅਸੀਂ ਉਹਨਾਂ ਨੂੰ ਇਹ ਮੰਗ ਕੀਤੀ ਕਿ ਸਾਨੂੰ ਜਲਦੀ ਜਲਦੀ ਦਵਾਏ ਜਾਣ ਟੈਬ ਔਰ ਟੈਬਲੇਟ, ਉਨੀ ਦੇਰ ਤੱਕ ਅਸੀਂ ਜਿਹੜਾ ਔਨਲਾਈਨ ਕੰਮ ਆ ਆਪਣੇ ਐਂਡਰਾਇਡ ਫੋਨ ਦੇ ਉੱਤੋਂ ਜੀ ਕਰਾਂਗੇ, ਤਾਂ ਕਿ ਸਾਡਾ ਕੇਡਰ ਦਾ ਵੀ ਕੰਮ ਜਿਹੜਾ ਉਹ ਕਿਤੇ ਨਾ ਕਿਤੇ ਔਨਲਾਈਨ ਬੋਲਿਆ ਜਾਵੇ। ਇਹੀ ਸਵਾਲ ਤੁਹਾਨੂੰ ਵੀ ਹੈ ਕਿ ਜਿਹੜਾ ਸਿਵਲ ਸਰਜਨ ਨਾਲ 2 ਦਿਨ ਪਹਿਲਾਂ ਮੀਟਿੰਗ ਕੀਤੀ ਗਈ ਸੀ, ਕੀ ਉਹਦਾ ਨਤੀਜਾ ਕੀ ਨਿਕਲਿਆ ਜਾਂ ਕੀ ਕਿਸ ਵਿਸ਼ੇ 'ਤੇ ਸੀ? ਉਹਦਾ ਨਤੀਜਾ ਸੀ ਜੀ ਵੀ ਉਹਨਾਂ ਨੇ ਸਾਡੇ ਕੋਲ ਪੁੱਛਿਆ ਵੀ ਤੁਹਾਡੀ ਜਥੇਬੰਦੀ ਦੀ ਇਸ ਸੰਬੰਧੀ ਕੀ ਰਾਏ ਆ। ਸੋ ਅਸੀਂ ਆਪਣੀ ਜਥੇਬੰਦੀ ਨਾਲ ਸਾਰਿਆਂ ਨੇ ਇੱਕ ਮੀਟਿੰਗ ਕੀਤੀ ਔਰ ਉਹਦੇ ਵਿੱਚ ਅਸੀਂ ਇਹ ਵਾਚਿਆ ਕਿ ਅਸੀਂ ਵੀ ਜੇ ਹੋਰ ਜਥੇਬੰਦੀਆਂ ਵਾਂਗੂ ਜਿਹੜੇ ਆਪਣੇ ਨਿੱਜੀ ਸਵਾਰਥਾਂ ਲਈ ਕੰਮ ਕਰਦੀਆਂ ਉਹਨਾਂ ਵਾਂਗੂ ਇਹਦਾ ਬਾਈਕਾਟ ਹੀ ਕਰ ਦਿੱਤਾ ਤੇ ਸਾਡਾ ਕੈਡਰ ਆਉਣ ਵਾਲੇ ਸਮੇਂ 'ਚ ਤਾਂ ਖਤਮ ਹੀ ਹੋ ਜਾਏਗਾ, ਕਿਉਂਕਿ ਪਹਿਲਾਂ ਹੀ ਸਾਡਾ ਕਿਤੇ ਨਾਂ ਨਹੀਂ ਆ ਕਿਸੇ ਰਿਪੋਰਟਿੰਗ 'ਚ, ਸਾਡਾ ਨਾਂ ਨਹੀਂ ਜਾ ਰਿਹਾ। ਸੋ ਅਗਰ ਸਰਕਾਰ ਨੇ ਸਾਨੂੰ ਪਹਿਲ ਕਦਮੀ ਕਰਕੇ ਸਾਡੇ ਕੈਡਰ ਨੂੰ ਬਚਾਉਣ ਲਈ ਔਨਲਾਈਨ ਕੰਮ ਸਾਡੇ ਕੋਲ ਮੰਗਿਆ ਤਾਂ ਅਸੀਂ ਉਹਦਾ ਬਾਈਕਾਟ ਕਿਉਂ ਕਰੀਏ? ਸੋ ਇਸ ਸੰਬੰਧੀ ਜਦੋਂ ਅਸੀਂ ਸਿਵਲ ਸਰਜਨ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਸਾਨੂੰ ਆਸ਼ਵਸਤ ਕੀਤਾ ਕਿ ਆਉਣ ਵਾਲੇ ਕੁਝ ਸਮਾਂ ਦੇ ਵਿੱਚ ਤੁਹਾਨੂੰ ਟੈਬਲੇਟ ਵੀ ਔਰ ਲੈਪਟੋਪ ਜਾਂ ਟੈਬਲੇਟ ਤੁਹਾਨੂੰ ਉਪਲਬਧ ਕਰਾਏ ਜਾਣਗੇ, ਹਾਲ ਦੀ ਘੜੀ ਤੁਸੀਂ ਕੰਮ ਸ਼ੁਰੂ ਕਰੋ। ਅਸੀਂ ਉਹਨਾਂ ਦੇ ਆਸ਼ਵਾਸਨ ਦੇ ਤਹਿਤ ਔਨਲਾਈਨ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ। ਤੁਹਾਡੀ ਯੂਨੀਅਨ ਦਾ ਪ੍ਰਧਾਨ ਜੀ, ਹੁਣ ਅਗਲਾ ਕੀ ਪ੍ਰੋਗਰਾਮ ਆ ਜਾਂ ਅਗਲੇ ਸਮੇਂ ਵਿੱਚ ਦੇਖੀਏ ਤਾਂ ਅਗਲਾ ਤੁਹਾਡਾ ਕੀ ਪ੍ਰੋਗਰਾਮ ਆ? ਸਾਡਾ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਜੀ, ਉਹ ਸਾਰੇ ਹੀ ਜਥੇਬੰਦੀ ਨਾਲ ਸਲਾਹ ਮਸ਼ਵਰਾ ਕਰਕੇ ਜੀ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਅਸੀਂ ਸਟੇਟ ਲੈਵਲ ਦਾ ਆਪਣਾ ਜਿਹੜਾ ਹੈਗਾ ਵਾ ਆਪਣੇ ਅਹੁਦੇਦਾਰਾਂ ਦਾ ਐਲਾਨ ਕਰਨ ਜਾ ਰਹੇ ਹਾਂ,
ਸਾਡੇ ਵੱਖ-ਵੱਖ ਜ਼ਿਲ੍ਹਿਆਂ 'ਚ ਗੱਲਬਾਤ ਹੋ ਚੁੱਕੀ ਆ, ਹੁੰਦੀ ਪਈ ਆ। ਬਸ ਕੁਛ ਦਿਨਾਂ ਵਿੱਚ ਹੀ ਅਸੀਂ ਆਪਣੀ ਜਿਹੜੀ ਜਥੇਬੰਦੀ ਦਾ ਜਿਹੜਾ ਸਟੇਟ ਦੀ ਦਾ ਅਨਾਊਂਸ ਕਰਕੇ ਆਪਣੇ ਕੇਡਰ ਨੂੰ ਜਿਹੜਾ ਬਚਾਉਣ ਲਈ ਜਿਹੜਾ ਆਪਣੇ ਕੇਡਰ ਜਿਹੜਾ ਇਹ ਅਸੀਂ ਕੇਡਰ ਦੀ ਖਾਤਰ ਜਿਹੜਾ ਇਹ ਕੰਮ ਕਰ ਰਹੇ ਹੈਗੇ ਹਾਂ, ਇਹ ਆਉਣ ਵਾਲੇ ਦਿਨਾਂ ਵਿੱਚ ਹੀ ਕੁਛ ਸਪਸ਼ਟ ਕਰ ਦਿੱਤਾ ਜਾਏਗਾ। ਤੁਸੀਂ ਰਿਪੋਰਟਿੰਗ ਦੀ ਗੱਲ ਕਰਦੇ ਪਏ ਸੀ, ਪੂਰੇ ਪੰਜਾਬ ਵਿੱਚ ਬੰਦ ਆ ਜਾਂ ਕਿਸੇ ਜ਼ਿਲ੍ਹਿਆਂ 'ਚ ਚੱਲਦੀ ਵੀ ਪਈ ਹੈ? ਰਿਪੋਰਟਿੰਗ ਦੇ ਕੰਮ ਸਰ ਆਲਰੇਡੀ ਜਿਹੜੇ 12-13 ਜ਼ਿਲ੍ਹੇ ਜਿਹੜੇ ਹੈਗੇ ਆ ਉਹਨਾਂ 'ਚ 100% ਹੀ ਕੰਮ ਚੱਲਦਾ ਪਿਆ ਜੀ। ਜੀ, ਕੁਝ ਕੁ ਜ਼ਿਲ੍ਹਿਆਂ ਵਿੱਚ ਜਿੱਥੇ ਜਥੇਬੰਦੀਆਂ ਦਾ ਜ਼ਿਆਦਾ ਦਬਦਬਾ ਸੀਗਾ ਜੀ, ਉਹਨਾਂ ਨੇ ਬਾਈਕਾਟ ਕੀਤਾ ਹੋਇਆ ਸੀਗਾ ਜੀ, ਪਰ ਲੇਕਿਨ ਅਸੀਂ ਵੀ ਉਹਨਾਂ ਜ਼ਿਲ੍ਹਿਆਂ ਵਿੱਚ ਹੀ ਆਉਂਦੇ ਸੀਗੇ ਜੀ, ਪਰ ਲੇਕਿਨ ਅਸੀਂ ਜਦੋਂ ਦੇਖਿਆ ਵੀ ਬਾਕੀ ਜ਼ਿਲ੍ਹਿਆਂ ਵਿੱਚ ਕੰਮ ਹੋ ਰਿਹਾ ਜੀ, ਫਿਰ ਅਸੀਂ ਕਿਉਂ ਨਹੀਂ ਕਰਦੇ ਪਏ ਜੀ? ਅਸੀਂ ਫਿਰ ਅਸੀਂ ਜਥੇਬੰਦੀ ਨੇ ਜਿਹੜਾ ਇਹ ਫੈਸਲਾ ਕੀਤਾ ਕਿ ਜਿਹੜਾ ਕੰਮ ਜਿਹੜਾ ਸਾਡੇ ਕੇਡਰ ਦਾ ਕੰਮ ਆ ਇਹ ਜ਼ਰੂਰ ਕੀਤਾ ਜਾਏਗਾ ਜੀ। ਇਹੀ ਸਵਾਲ ਮੇਰਾ ਸੇਮ ਤੁਹਾਨੂੰ ਆ ਜੀ ਕਿ ਜਿਹੜਾ ਰਿਪੋਰਟਿੰਗ ਦਾ ਕੰਮ ਚੱਲਦਾ ਪਿਆ ਆ, ਹੋ ਸਕਦਾ ਕਿਸੇ ਜ਼ਿਲ੍ਹਿਆਂ ਵਿੱਚ ਚੱਲਦਾ ਵੀ ਹੋਵੇ, ਤਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਗੁਰਪ੍ਰੀਤ ਜੀ, ਜਿਹੜੀਆਂ ਵੀ ਜਥੇਬੰਦੀਆਂ ਜੀ ਜਾਂ ਜਿਹੜੇ ਵੀ ਸਾਡੇ ਕੈਡਰ ਦੇ ਸਾਥੀ ਰਿਪੋਰਟਿੰਗ ਦਾ ਕੰਮ ਕਰ ਰਹੇ ਆ, ਮੈਂ ਉਹਨਾਂ ਦੇ ਇਸ ਕਦਮ ਨੂੰ ਸ਼ਲਾਘਾਯੋਗ ਸਮਝਦਾ ਹਾਂ, ਕਿਉਂਕਿ ਉਹਨਾਂ ਨੇ ਯੂਨੀਅਨ ਦਾ ਜਥੇਬੰਦੀਆਂ ਦੇ ਦਬਾਅ ਹੇਠੋਂ ਨਿਕਲ ਕੇ ਆਪਣੇ ਕੈਡਰ ਲਈ ਭਲੇ ਲਈ ਸੋਚਿਆ। ਸੋ ਕੈਡਰ ਦੇ ਭਲੇ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਜੇ ਕਦਮ ਚੱਕਿਆ ਕਿ ਆਪਾਂ IHIP ਦਾ ਰਿਪੋਰਟਿੰਗ ਆਨਲਾਈਨ ਕਰਨੀ ਆ, ਤਾਂ ਮੈਂ ਉਹਨਾਂ ਨੂੰ ਆਸ਼ਵਸਤ ਕਰਦਾ ਕਿ ਅਗਰ ਕੈਡਰ ਦੇ ਬਚਾਉਣ ਲਈ ਤੁਸੀਂ ਕੋਈ ਪਹਿਲਾ ਕਦਮ ਚੱਕੋਗੇ ਤਾਂ ਦੂਜਾ ਕਦਮ ਸਾਡਾ ਤੁਹਾਡੇ ਨਾਲ ਹੀ ਬਿਲਕੁਲ ਰੁਕੇਗਾ, ਤੁਹਾਡੇ ਹੱਕ 'ਚ ਰੁਕੇਗਾ। ਮੋਹਨ ਜੀ, ਤੁਸੀਂ DMF ਦੇ ਜ਼ਿਲ੍ਹਾ ਪ੍ਰਧਾਨ ਵੀ ਹੋ, ਕੀ ਤੁਹਾਡੀ ਜਥੇਬੰਦੀ ਇਸ ਜਥੇਬੰਦੀ ਨੂੰ ਸਪੋਰਟ ਕਰਦੀ ਹੈ? ਦੇਖੋ ਜੀ, ਜਿਹੜੀ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਆ ਜੀ, ਉਹਦੇ ਭਿੰਨ ਅੰਗ ਆ ਜੀ, ਜਿਵੇਂ ADF ਡੈਮੋਕ੍ਰੈਟਿਕ ਟੀਚਰ ਫਰੰਟ, ਡੈਮੋਕ੍ਰੈਟਿਕ ਜੰਗਲਾਤ ਵਰਕਰ ਯੂਨੀਅਨ, ਡੈਮੋਕ੍ਰੈਟਿਕ ਆਸ਼ਾ ਵਰਕਰ ਯੂਨੀਅਨ, ਡੈਮੋਕ੍ਰੈਟਿਕ ਜਿਹੜੀ ਆ ਆਂਗਨਵਾੜੀ ਵਰਕਰ ਯੂਨੀਅਨ, ਇਹਦੇ ਨਾਲ ਦੇ ਅਲੱਗ ਅਲੱਗ ਕਈ ਸੌ ਸਾਡੇ ਜਿੱਦਾਂ PWD ਦੇ ਵਿੱਚ ਆ, ਹੋਰ ਸੈਨੀਟੇਸ਼ਨ ਵਾਲੇ ਆ, ਬਹੁਤ ਸਾਰੇ ਵਿੰਗ ਆ ਸਾਡੇ। ਉਸੇ ਤਰ੍ਹਾਂ ਇੱਕ ਵਿੰਗ ਜਿਹੜਾ ਆ DMF ਦਾ ਉਹ ਆ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਜਿਹੜੀ ਡੈਮੋਕ੍ਰੈਟਿਕ ਆ। ਡੈਮੋਕ੍ਰੈਟਿਕ ਵੀ ਜਿਹੜੀ ਆ ਸੇਧ ਜਿਹੜੀ ਆ ਉਹ DMF ਵਾਲੀ ਸੇਧ ਆ, ਕਿਉਂਕਿ ਅਸੀਂ ਸਿਰਫ ਕੈਡਰ ਲਈ ਮੁਲਾਜ਼ਮਾਂ ਦੇ ਹੱਕਾਂ ਦੇ ਲਈ ਕੋਈ ਵੀ ਐਕਸ਼ਨ ਕਰਨਾ, ਨਾ ਕਿ ਕਿਸੇ ਦੇ ਨਿੱਜੀ ਸਵਾਰਥ ਲਈ ਕਰਨਾ ਆ ਜੀ। ਸਰ ਪ੍ਰਧਾਨ ਜੀ, ਤੁਸੀਂ MPHWU ਨੂੰ ਆਪਣੀ ਜਥੇਬੰਦੀ ਵੱਲੋਂ ਕੀ ਅਪੀਲ ਕਰਨਾ ਚਾਹੋਗੇ? ਮੈਂ ਪੰਜਾਬ ਦੇ ਸਾਰੇ ਹੀ ਆਪਣੇ ਮਲਟੀਪਰਪਜ਼ ਕੈਡਰ ਨੂੰ ਇਹ ਅਪੀਲ ਕਰਨੀ ਚਾਹੁੰਦਾ, ਕਾਫੀ 12 ਜ਼ਿਲ੍ਹੇ 'ਚ ਪਹਿਲੇ ਆਲਰੇਡੀ ਕੰਮ ਚੱਲ ਰਿਹਾ ਜੀ, ਸਾਡੇ ਹੁਸ਼ਿਆਰਪੁਰ ਵਿੱਚ ਕੰਮ ਚੱਲ ਪਿਆ, ਕੱਲ੍ਹ ਦਾ ਰਿਪੋਰਟਿੰਗ ਚੱਲ ਰਹੀ ਆ, ਬਾਕੀ ਜਿਹਨਾਂ ਜ਼ਿਲ੍ਹਿਆਂ 'ਚ ਜਾਂ ਜਿੱਥੇ ਕੋਈ ਵੀਰ ਜਿਹੜੇ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਅਪੀਲ ਆ ਵੀ ਕੰਮ ਜਿਹੜਾ ਵਾ ਕੱਲ੍ਹ ਤੋਂ ਸਟਾਰਟ ਕਰ ਦਿਉ, ਤਾਂ ਜੋ ਆਪਣੇ ਕੇਡਰ ਨੂੰ ਬਚਾਇਆ ਜਾ ਸਕੇ ਔਰ ਜੇ ਸਕੂਲ ਬੰਦ ਹੈਗੇ ਆ ਉਹਨਾਂ ਨੂੰ ਖੁਲਵਾਇਆ ਜਾ ਸਕੇ। ਇਹੀ ਸਵਾਲ ਸਰ, ਕੀ ਤੁਸੀਂ ਹੁਣ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਆਉਣ ਵਾਲੇ ਸਮੇਂ ਦੇ? ਦੇਖੋ ਗੁਰਪ੍ਰੀਤ ਜੀ, ਅਸੀਂ ਨੂੰ ਬਚਾਉਣ ਲਈ ਇਹ ਕਦਮ ਚੁੱਕਿਆ ਆ, ਕਿਉਂਕਿ ਕੁਝ ਜਥੇਬੰਦੀਆਂ ਇਹਨੂੰ ਆਪਣਾ ਸਰਮਾਇਆ ਸਮਝ ਲੈਂਦੀਆਂ, ਉਹ ਸਮਝਦੀਆਂ ਵੀ ਸਾਡਾ ਨਿੱਜੀ ਸਵਾਰਥ ਇਹਦੇ ਵਿੱਚ ਹੱਲ ਹੋਵੇ, ਕੈਡਰ ਦੇ ਬਾਰੇ ਨਹੀਂ ਸੋਚਦੀਆਂ। ਕਈ ਜਥੇਬੰਦੀਆਂ ਦੀ ਸੋਚ ਜਿਹੜੀ ਆ ਸਾਡੇ ਨਾਲ ਮਿਲਦੀ ਆ, ਜਿਹੜੀ ਕਿ ਅਸੀਂ ਕੈਡਰ ਨੂੰ ਬਚਾਉਣ ਲਈ ਮਲਟੀਪਰਪਜ਼ ਦੇ ਹੱਕਾਂ ਲਈ ਹਮੇਸ਼ਾ ਤਿਆਰ ਜਿਹੜੇ ਰਹਿੰਦੇ ਹਾਂ ਲੜਾਈ ਲੜਨ ਲਈ। ਸੋ ਕਹਿਣ ਦਾ ਮਤਲਬ ਕਿ ਮੈਂ ਆਪਾਂ ਸਾਰੇ ਆਪਣੇ ਜਿਹੜੇ ਵੀ ਆਪਣੇ ਸਾਥੀ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ, ਅਪੀਲ ਕਰਦਾ ਕਿ ਆਪਾਂ ਉਹ ਜਥੇਬੰਦੀਆਂ ਨੂੰ ਪਛਾਣੀਏ ਔਰ ਖਾਸ ਕਰ ਜਿਹੜੀ ਜਥੇਬੰਦੀ ਤੁਹਾਡੀ ਸੋਚ ਦੇ ਮੁਤਾਬਕ ਸਹੀ ਉੱਤਰ ਦੀ ਉਹਦਾ ਸਾਥ ਦੇਵੋ। ਮੈਂ ਨਹੀਂ ਕਹਿੰਦਾ ਕਿ ਅਸੀਂ ਬਿਲਕੁਲ ਸਹੀ ਹਾਂ, ਪਰ ਅਸੀਂ ਸਾਡੀ ਜਿਹੜੀ ਜਥੇਬੰਦੀ ਦਾ ਜਿਹੜਾ ਪਹਿਲ ਕਦਮੀ ਹੋਏਗੀ, ਕੋਈ ਕੰਮ ਹੋਏਗਾ ਉਹ ਸਿਰਫ ਕੈਡਰ ਨੂੰ ਬਚਾਉਣ ਲਈ ਹੋਏਗਾ, ਉਹਦੇ ਲਈ ਸਾਨੂੰ ਕਿਸੇ ਲੈਵਲ ਦੀ ਵੀ ਚਾਹੇ ਕੁਰਬਾਨੀ ਦੇਣੀ ਪਏ, ਅਸੀਂ ਉਹਦੇ ਲਈ ਹਮੇਸ਼ਾ ਤਤਪਰ ਰਹਿੰਦੇ ਹਾਂ। ਸੋ ਇੱਕ ਵਾਰੀ ਫਿਰ ਮੈਂ ਅਪੀਲ ਕਰਦਾ ਆਪਣੇ ਸਾਰੇ ਸਾਥੀਆਂ ਨੂੰ, ਆਪਣੀ ਜਥੇਬੰਦੀ ਵੱਲੋਂ, ਕਿ ਜਿੱਥੇ ਤੁਹਾਨੂੰ ਲੱਗਦਾ ਅਸੀਂ ਗਲਤ ਹਾਂ ਸਾਨੂੰ ਦੱਸੋ, ਸਾਨੂੰ ਪਬਲਿਕਲੀ ਦੱਸੋ ਵੀ ਅਸੀਂ ਗਲਤ ਹਾਂ, ਪਰ ਕੈਡਰ ਦੇ ਨਾਲ ਖਿਲਵਾੜ ਨਾ ਕਰੋ ਜੀ। ਆਪਣੀ ਜਿੱਥੇ ਤੁਹਾਡੀ ਕੈਡਰ ਦੀ ਗੱਲ ਆ ਜਾਂਦੀ ਨਾ, ਉੱਥੇ ਜਥੇਬੰਦੀਆਂ ਭੁੱਲ ਜਾਓ, ਤੁਸੀਂ ਭੁੱਲ ਜਾਓ ਤੁਸੀਂ ਕਿਸ ਜਥੇਬੰਦੀ ਨਾਲ ਅਟੈਚ ਹੋ, ਉਸ ਟਾਈਮ ਸਿਰਫ ਤੁਸੀਂ ਕੈਡਰ ਦੀ ਗੱਲ ਕਰੋ। ਕੈਡਰ ਲਈ ਤੁਸੀਂ ਕਿਸੇ ਨੂੰ ਵੀ ਪਿੱਛੇ ਕਰਕੇ ਕੈਡਰ ਨੂੰ ਬਚਾਉਣ ਲਈ ਪਹਿਲ ਕਰੋ। ਧੰਨਵਾਦ। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਅਸੀਂ ਗੱਲ ਕਰ ਰਹੇ ਸੀ ਡੈਮੋਕ੍ਰੈਟਿਡ ਮਲਟੀਪਰਪਸ ਹੈਲਥ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਨਾਲ, ਜਿਨ੍ਹਾਂ ਨੇ ਤੁਸੀਂ ਸਵਾਲ ਜਵਾਬ ਤੁਸੀਂ ਸੁਣੇ।
उम्मीद करते हैं तुहानू वीडियो पसंद आई होगी। धन्यवाद धन्यवाद। ਤੁਹਾਡੀ ਆਪਣੀ ਭਰੋਸੇਮੰਦ ਅਕੈਡਮੀ ਈ ਪਲੈਨਟ ਆਇਲਸ ਐਂਡ ਇਮੀਗ੍ਰੇਸ਼ਨ ਦੱਸੂਆ ਜਿੱਥੇ ਆਇਲਸ ਅਤੇ ਪੀਟੀ ਦੇ ਨਾਲ ਲਗਵਾ ਸਕਦੇ ਹੋ ਹਰ ਤਰ੍ਹਾਂ ਦੇ ਸਟੱਡੀ ਤੇ ਵਿਜ਼ਿਟਰ ਵੀਜ਼ਾ। ਮਿਲੋ ਵੀਜ਼ਾ ਐਕਸਪਰਟ ਰਣਵੀਰ ਅਰੋੜਾ ਨਾਲ।